ਲੱਭੈ ਕਿਆ, ਉੱਥੇ ਵੀ ਹਜ਼ੂਰ ਪਾਕ ਸੱਲ ਸਲਮ ਵੱਖਰੇ ਵੱਖਰੇ ਨਾ ਜ਼ਿਕਰ ਕਰਦੇ ਸੀ ਨਾਲ ਲੱਭੈ ਕਹਿੰਦੇ। ਔਰ ਹਜ਼ਰਤ ਇਬਨ ਅਬਾਸ ਦਾ ਦੂਸਰੀ ਜਗ੍ਹਾ ਆਉਂਦਾ, ਫਰਮਾਇਆ ਅਸਲ ਮੈਦਾਨ ਅਰਫਾਤ ਦੇ ਦਿਨ ਦੀ ਜ਼ੀਨਤ ਰੌਣਕ ਆ ਕਿ ਥੋੜ੍ਹੇ ਥੋੜ੍ਹੇ ਵਕਫੇ ਬਾਅਦ ਹਾਜੀ ਪੁਕਾਰ ਲੱਭੈਕ ਅੱਲਾਹੁਮ ਲੱਭੈ ਐ ਤਲਬੀਅ ਤੋਬੇ ਅਰਾਫਾ 253 ਸਫ਼ਾ ਇਹਦਾ। ਇਹਦੇ ਨਾਲ ਅੰਮਾ ਸਿੰਘੀ ਦਾ ਹਾਸ਼ੀਆ ਵੀ ਆ, ਇਮਾਮ ਸਿਉਤੀ ਦਾ ਵੀ। ਤਾਂ ਫਰਮਾਉਂਦੇ ਸਈਦ ਇਬਨ ਜ਼ੁਬੈਰ ਕਹਿੰਦੇ ਖੁਨ ਤੋਂ ਮੈਂ ਆਪਣੇ ਅੱਬਾਸ ਦਾ ਅਰਾਫਾ ਮੈਦਾਨ ਅਰਫਾਤ ਸੀ, ਮੈਂ ਅਬਦੁੱਲਾ ਬਿਨ ਅੱਬਾਸ ਰਜ਼ੀਆਂ ਦੇ ਨਾਲ ਪੱਕਾ ਕਾਲਾ ਮਾਲ ਹੀ ਅਸਮਾਨ ਨਾ ਸੀ ਰੱਬੋ। ਇਬਨ ਅਬਾਸ ਰਜ਼ੀ ਨੇ ਆਖਿਆ ਮੈਂ ਸੁਣਦਾ ਹੀ ਨਹੀਂ, ਕੀ ਹੋ ਗਿਆ ਲੋਕਾਂ ਨੂੰ, ਕੋਈ ਮੈਂ ਕੀ ਨਹੀਂ ਕਹਿ ਰਿਹਾ, ਕੁਲ ਤੋਂ ਖਾਫ ਹੋਣਾ ਮੈਂ ਮੁਆਵਜ਼ਾ। ਮੈਂ ਆਖਿਆ ਮੁਆਵਜ਼ਾ ਤੋਂ ਡਰ, ਉਹਨੇ ਡਾਕਟਰ ਆ ਕੇ ਕੋਈ ਇੱਥੇ ਨਾ ਕਹਿ ਫਖਾਰਾ ਜਬਨ ਅਬਾਸ ਮੈਨੂੰ ਉਸਤਾਦ ਦੇ। ਹਜ਼ਰਤ ਇਬਨ ਅਬਾਸ ਆਪਣੇ ਖੈਮੇ ਤੋਂ ਨਿਕਲੇ, ਫਕਾਰਾ ਲੱਭੈਕ ਅੱਲਾਹੁਮ ਲੱਭੈਕ ਫੈਨਮ ਕਤਰਾ ਕੁ ਸੁਣਨਾ ਤਾਂ ਮੈਂ ਬੁਗਜ਼ੇ ਅਲੀ ਕਿ ਤੌਬਾ ਤੌਬਾ ਤੌਬਾ, ਅਲੀ ਦੀ ਦੁਸ਼ਮਣੀ ਇੱਥੋਂ ਤੱਕ ਲੈ ਗਈ ਨਾ ਕਿ ਅਲੀ ਕਿਉਂਕਿ ਸੁਨਤ 'ਤੇ ਅਮਲ ਕਰਦਾ ਸੀ ਜਿਹੜੇ ਕੰਮ ਨਹੀਂ ਕਰਨਾ, ਅਲੀ ਦੇ ਬੁਗਜ਼ ਪਾਰੋਂ ਇੱਕ ਸੁਨਤ ਨੂੰ ਛੱਡ ਦਿੱਤਾ ਜਿਹੜੀ ਇਸ ਦਿਨ ਦੀ ਦੀਨਤ ਸੀ। ਤੇ ਇਮਾਮ ਥਲੇ ਲਿਖਦਾ ਅਲੇ ਅਦਲੇ ਬੁਗਜ਼ ਹੀ ਵਾਹ ਕਾਣਾ ਯੂਫੀ ਯਾ ਤਕੈਦ ਬੇ ਸੁਨ ਫਾਉਲਾ ਤਰਕ ਹੁਆ ਬੁਗਜ਼। ਇਬਨ ਅਬਾਸ ਫਰਮਾਇਆ ਕਿਉਂਕਿ ਅਲੀ ਸੁਨਤ ਤੋਂ ਇੱਧਰ ਉੱਧਰ ਨਹੀਂ ਸੀ ਹੱਟਦਾ, ਇਹ ਉਹਦੇ ਬੁਗਜ਼ ਹੋ ਗਿਆ ਕਿ ਨਹੀਂ ਅਸੀਂ ਉਹ ਸੁਨਤਾਂ ਵੀ ਨਹੀਂ ਕਰਨੀਆਂ ਜਿਹਨਾਂ 'ਤੇ ਅਲੀ ਅਮਲ ਕਰਦਾ। ਤਬਾਹੀ ਤਬਾਹੀ ਔਰ ਨਾਲ ਫਿਰ ਇਹਦੇ ਜ਼ਕਾਤ ਦਾ ਹਾਲ, ਇਹ ਮੈਂ ਉਹਨਾਂ ਬਾਤਾਂ ਦਾ ਜ਼ਿਕਰ ਕਰ ਰਿਹਾ ਜੇ ਗਏ ਗੁਜ਼ਰੇ ਦੌਰ ਸਿਰਫ ਨਮਾਜ਼ ਰੋਜ਼ਾ ਦੀਨ ਇਹ ਵੀ ਨਹੀਂ ਰੰਟ, ਹਾਲਾਂਕਿ ਦੀਨ ਤਾਂ ਅਸਲ ਇਸਲਾਮੀ ਹਕੂਮਤ ਸੀ ਮਗਰ ਇਹਨਾਂ ਤੱਕ ਦਾ ਬੇੜਾ ਕਰਕ ਕਰਨ। ਕਿਤਾਬ ਉਲੰਬਵਾਰ ਸ਼ੁਕਰ ਹੈ ਕਿ ਬੜੀ ਮਿਹਨਤ ਨਾਲ ਲੱਭ ਕੇ ਸਾਡੇ ਕਹਿਲ ਹਦੀਸ ਆਲਮ ਨੇ ਮੁਹੰਮਦ ਅਹਮਦ ਫਿੱਕੀ ਨੇ ਆਪਣੇ ਹਾਕੀਆਂ ਨਾ ਲੇਲੇ ਇਮਾਮ ਅਲ ਅਜ਼ੀਮ ਅਲ ਹਾਫਿਜ਼ ਰੁਜਾ ਅਬੀ ਉਬੈਦ ਅਲ ਕਾਸਿਮ ਬਿਨ ਸਲਾਮ ਅਲ ਮੁਤਫਾ 224 ਹਿਜਰੀ। ਇਹ ਕਾਨੂੰਨ ਹੈ ਟੈਕਸੇਸ਼ਨ ਦਾ, ਜ਼ਕਾਤ ਅਤੇ ਹੁਕਮਤ ਅਤੇ ਸਾਰੇ ਇਹਦੇ ਬਾਰੇ। ਤੋ ਜ਼ਕਾਤ ਦੇ ਬਾਬਾ ਫਿਰ ਲਿਖਦੇ ਸਲ ਤੋ ਸਾਦ ਅਬਨ ਅਬੀ ਵਕਾਸ ਬਾਬਾ ਹੁਰੈਰਾ ਬਾਬਾ ਸਈਦ ਅਲ ਖੁਦਰੀ ਅਬਨ ਉਮਰ। ਰਾਵੀ ਬਿਆਨ ਕਰਦਾ ਕਿ ਮੈਂ ਹਜ਼ਰਤ ਸਾਦ ਬਿਨ ਅਬੀ ਵਕਾਸ ਨੂੰ, ਅਬੂ ਹੁਰੈਰਾ ਨੂੰ, ਅਬੂ ਸਈਦ ਖੁਦਰੀ ਨੂੰ ਅਤੇ ਇਬਨ ਉਮਰ ਨੂੰ ਪੁੱਛਿਆ। ਇਹਨਾਂ 'ਚੋਂ ਦੋ 'ਚ ਬਾਅਦ ਜਿੰਦਾ ਰਹਿ ਕੋਈ ਕਹਿ ਸਕਦਾ ਬਾਅਦ ਦੀ ਗੱਲ ਹੈ, ਮਗਰ ਸਾਦ ਬਿਨ ਅਬੀ ਵਕਾਸ ਔਰ ਅਬੂ ਹੁਰੈਰਾ ਮੇਰੇ ਮੁਆਵਜ਼ੇ ਦੇ ਜ਼ਮਾਨੇ 'ਚ ਮਰ ਗਿਆ। ਇਸ ਤੋਂ ਉਦੋਂ ਦਾ ਕਿੱਸਾ ਫਕੁਲ ਤਿੰਨ ਹਾਜ਼ਰ ਸੁਲਤਾਨ ਯਸਨਾ ਮਾਤਰਾ ਪੁੱਛਿਆ ਕਿ ਬਾਦਸ਼ਾਹ ਜੋ ਕੁਝ ਜ਼ਕਾਤਰਾਂ ਕਰ ਰਿਹਾ ਤੁਹਾਡੇ ਸਾਹਮਣੇ, ਕਿ ਆਪ ਵੀ ਲੁੱਟੀ ਜਾਂਦਾ ਅਤੇ ਆਪਣੀ ਪਾਰਟੀਆਂ ਨੂੰ ਖੁਆਈ ਜਾਂਦਾ, ਆਫਾਦ ਭਾਵ ਜ਼ਕਾਤ ਹੀ ਰਹਿ, ਮੈਂ ਹੁਣ ਜ਼ਕਾਤ ਇਹਨਾਂ ਨੂੰ ਦੇਵਾਂ, ਨਜ਼ਰ 'ਤੇ ਆ ਰਿਹਾ ਜੋ ਤਬਾਹੀ ਮਚੀ ਹੋਈ। ਕਾਲ ਫਕਾਲ ਕੁੱਲੋਮ ਇਤਫਾ, ਸਾਰਿਆਂ ਨੇ ਫਤਵਾ ਦਿੱਤਾ ਕਿ ਜ਼ਾਲਮਿਆਂ ਦੇ ਭਾਵੇਂ ਖਾਈ ਜਾਂਦੇ, ਤੁਸੀਂ ਇਹਨਾਂ ਦੇ ਹਵਾਲੇ ਕਰੋ। ਅੱਲਾ ਦੇ ਰਸੂਲ ਨੇ ਆਖਿਆ ਸੀ ਤੁਸੀਂ ਬੜੀ ਹੋ ਜਾਓਗੇ, ਹਿਸਾਬ ਉਹ ਦਿੰਦੇ ਰਹਿਣਗੇ, ਜੋ ਮਰਜ਼ੀ ਕਰਨ ਦੇ ਦਿਓ। ਅੱਗੇ ਫਿਰ ਦੂਸਰੀ ਰਵਾਇਤ, ਉਹ ਨੰਬਰ ਸੀ ਉਹਦਾ 1799, ਸਫ਼ਾ ਆਇਆ ਸੀ 518, ਇਹ 1797। ਅਤਾ ਬਨਾ ਉਮਰ ਰਾਜੁਰਨ ਫਕਾਰ ਆ ਰਿਹਾ ਤਾਂ ਜ਼ਕਾਤ ਇਲਾ ਮਨਫਾ, ਕਿਆ ਇਬਨ ਉਮਰ ਤੂੰ ਕਿਹਦੇ ਬਾਰੇ ਫਤਵਾ ਦੇ, ਯਾਨੀ ਮੁਸਲਮਾਨ ਦੀਨ ਤੋਂ ਵਿਚਾਰੇ ਫਸੇ ਕਿ ਕੁਛ ਨਾ ਕੁਛ ਇੰਤਜ਼ਾਮ ਮੁਲਕ ਦਾ ਚੱਲਦਾ ਰਹੇ, ਇਹ ਜਵਾਬ ਬਣਾਉਣ ਵੀ ਬੁਰੇ ਹੁੰਦੇ ਸਾਨੂੰ ਜ਼ਕਾਤਾਂ ਕਿਉਂ ਦੇ ਦੇ, ਕਿਹਨੂੰ ਮੈਂ ਜ਼ਕਾਤ ਦਿਆਂ। ਫਕਾਲ ਅਦਫਾ ਅਲ ਉਮਰਾ ਵੈਨ ਤਮੱਜ਼ਾਉ ਬਿਹਾਲ ਹੁਮਨ ਕਿਲਾ ਬਿਲਾ ਮੁਆਇਦ। ਇਬਨ ਉਮਰ ਅਜ਼ੀ ਨੇ ਕਿਹਾ ਦੇ ਦੇ ਇਹਨੂੰ, ਭਾਵੇਂ ਆਪਣੇ ਦਸਤਰਖਾਨਾਂ 'ਤੇ ਕੁੱਤਿਆਂ ਦਾ ਗੋਸ਼ਟ ਹੀ ਨੋਚ ਨੋਚ ਕੇ ਖਾਣ ਨਾ ਦੇ, ਕੁੱਤੇ ਖਾਣ ਖਾਂਦੇ ਫਿਰਨ, ਤੁਸੀਂ ਜ਼ਕਾਤ ਕਰਨੀ। ਇਹ ਇਸਲਾਮ 'ਤੇ ਕਿਆਮਤ, ਬਿਲਕੁਲ ਕਿਆਮਤ ਆਈ, ਜ਼ਕਾਤ ਖੁਰਦ ਬੁਰ, ਨਮਾਜ਼ਾਂ ਬੇ ਵਕਤ, ਈਦ ਦੇ ਖੁਤਬੇ ਪਹਿਲਾਂ, ਅਲੀ 'ਤੇ ਲਾਨਤ। ਅੱਗੇ ਫਿਰ ਫਰਮਾਇਆ ਮੁਸੀਬਤ ਸਭ ਤੋਂ ਸਹੀ ਲੱਭਣਾ ਬਹਿਣਾ ਦਾ ਜ਼ਕਾਤ ਆਉਂਦੇ ਜੀ, ਬੋਲੇ ਨਹੀਂ, ਬੋਲਣਾ ਸੌਖਾ, ਹੁਣ ਨਹੀਂ ਤੁਸੀਂ ਬੋਲਣ ਦਿੰਦੇ, ਹਾਲਾਂਕਿ ਤੁਹਾਡੀ ਹਕੂਮਤ ਮੈਨੂੰ ਨਹੀਂ ਬੋਲਦੇ, ਨਾ ਇਹ ਗੱਲਾਂ ਬੰਦ ਕਰੋ। ਉਦੋਂ ਤਾਂ ਤਲਵਾਰ ਸੀ, ਮੁਤਲਕੁਲ ਅਨਾਨ ਹੁਕਮਰਾਨ, ਨਾ ਕੋਈ ਅਦਾਲਤ ਨਾ ਕੋਈ ਕਾਨੂੰਨ, ਇਸ਼ਾਰਾ ਹੀ ਕਾਫੀ ਹੈ, ਬੋਲਦਾ ਕੌਣ। ਇਹ ਹਜ਼ਰਤ ਸਈਦ ਇਬਨ ਜ਼ੁਬੈਰ ਐਡਾ ਵੱਡਾ ਤਾਬੀ ਸ਼ਹੀਦ ਹੋਇਆ 1811। ਇੱਥੋਂ ਕੋਈ ਨਾ ਆਖੇ ਉਦੋਂ ਆ ਚੁੱਪ ਕਰ ਰਿਹਾ, ਚੁੱਪ ਹੋਣਾ ਪੈਂਦਾ, ਹੁਸੈਨ ਰੋਜ਼ ਨਹੀਂ ਫਾਤਮਾ ਜਾਂਦੀ, ਕੋਈ ਹੁੰਦਾ। ਹਜ਼ਰਤ ਸਈਦ ਇਬਨ ਜ਼ੁਬੈਰ ਨੂੰ ਜ਼ਕਾਤ ਜ਼ਕਾਤ ਦਾ ਪੁੱਛਿਆ, ਫਕਾਰ ਇਲਾ ਗੁਲਾਤ ਰਾਮ, ਕਹਿਣਗੇ ਦੇ ਦੇ ਨਾ ਹਾਕਮਾ ਫਿਲਮ ਮਕਾਮ ਸਹੀ ਤਬੀਅਤ। ਜਦੋਂ ਉੱਠ ਕੇ ਗਏ ਤੇ ਮੈਂ ਮਗਰ ਗਿਆ, ਫਕੁਲ ਤੇ ਨਾ ਕਮਰ ਤਣੀਆਂ ਨਫਾ ਇਲਾ ਬਲਾਤ ਲਾਮਰ ਵਹਮ ਯਸਨਾਉਣ ਬਿਹਾ ਕਦਾ ਵ ਯਸਨਾਉਣ ਬਿਹਾ ਕਦਾ। ਮੈਂ ਆਖਿਆ ਤੁਸੀਂ ਮੈਨੂੰ ਫਤਵਾ ਦਿੱਤਾ ਬਿਲਕਾਤ ਦੇ ਦੇ, ਉਹਦੇ ਜ਼ਕਾਤ ਨਾ ਆਹ ਕਰਦੇ ਤੇ ਆਹ ਕਰਦੇ, ਜੋ ਬੁਰੇ ਕੰਮ ਸੀ ਕਰਪਸ਼ਨ ਦੱਸਿਆ। ਫਕਾਰ ਅਜ਼ਾ ਆਇਆ ਸੋ ਅਮਰ ਕੱਲਾ, ਕਹਿਣਗੇ ਜਿੱਥੇ ਅੱਲਾ ਦਾ ਹੁਕਮ ਹੈ ਨਾ ਸਰ ਮਸਰਫਾਂ ਸ਼ਰਫ ਕਰ, ਇਹਨਾਂ ਨਾ ਦੇ ਸਾਲ ਤਾਨੀਆਂ ਲਾ ਰੂਸ ਨਾ ਸਲਾਮ ਖੁੱਲਿਆ। ਤੂੰ ਭਰੇ ਮਜਮੇ ਪੁੱਛਿਆ ਸੀ,
ਉੱਥੇ ਉਹਨਾਂ ਦੇ ਏਜੰਟ ਜਸੂਸ ਥੋੜ੍ਹੇ ਬੈਠੇ, ਉੱਥੇ ਮੈਂ ਤੈਨੂੰ ਕਿੱਦਾਂ ਦੱਸ ਦਿੰਦਾ ਵੀ ਤੂੰ ਆਪਣੇ ਆਪ ਹੀ ਖਰਚ ਕਰ ਦੇ। ਇਸ ਤੋਂ ਤੈਨੂੰ ਉੱਥੇ ਉਹ ਗੱਲ ਦੱਸੀ ਸੀ, ਹੁਣ ਸਹੀ ਦੱਸਦੀ, ਹੁਣ ਨਹੀਂ ਉਹ ਵਕਤ ਰਿਹਾ। ਇਹ ਉਹਨੇ 'ਤੇ ਵੀ ਨਹੀਂ ਰਹੇ, ਕੰਮ ਇਸ ਤੋਂ ਬਹੁਤ ਅੱਗੇ ਚਲਾ, ਬਹੁਤ ਖਰਾਬ ਹੋ ਗਿਆ। ਔਰ ਅੱਲਾਹ ਦੇ ਦੀਨ ਨੇ ਬਿਲਕੁਲ ਕਿਹਾ, ਮੈਂ ਉਹਨਾਂ ਦਿਨਾਂ 'ਚ ਯਾਰਾਂ ਦੀ ਤਸੀਰ ਪੜ੍ਹਿਆ, ਉਹ ਵੀ ਜ਼ੁਲਮ ਕਰਦੇ ਬੜਾ। ਹਜ਼ਰਤ ਉਮਰ ਦੀਨ 'ਤੇ ਲਗਾ ਦਿੱਤਾ ਵੀ ਹਜ਼ਰਤ ਉਮਰ ਨੇ ਕੁਰਾਨ ਦੀ ਮੁਖਾਲਫਤ ਸ਼ੁਰੂ ਕੀ, ਕੁਰਾਨ ਦੀ ਐਚ ਲਾ ਤਖਜ਼ੂ ਬਿਤਾਨਤ ਮਿਨ ਦੁਨੀ, ਕਿ ਆਪਣੇ ਤੋਂ ਸਵਾਲ ਦੂਜੀ ਕੌਮਾਂ ਦੇ ਕਿਸੇ ਬੰਦੇ ਨੂੰ ਆਪਣੀ ਹਕੂਮਤ ਦਾ ਰਾਜਦਾਰ ਨਾ ਬਣਾਓ। ਇਸਲਾਮ 'ਚ ਖੁਦਾ ਦੀ ਕਿਸਮ ਵਿੱਚ ਚਪੜਾਸੀ ਵੀ ਨਹੀਂ ਭਰਤੀ ਹੋ ਸਕਦੀ, ਇਸਲਾਮੀ ਹਕੂਮਤ ਕਿਸੇ ਈਸਾਈ ਹਿੰਦੂ ਨੇ ਸੀ ਉਹਦਾ ਨਹੀਂ ਦੇ ਸਕਦੇ। ਅਮਨ ਨਾ ਰਹਿਣ, ਤਜਾਰਤਾਂ ਕਰਨ, ਹਕੂਮਤ 'ਚ ਰਾਜਦਾਰ ਨਹੀਂ ਬਣਾ ਸਕਦੇ। ਤਾਂ ਹਜ਼ਰਤ ਉਮਰ ਜੀ ਦੇ ਬਾਰੇ ਕਹਿ ਤੱਕ ਉਹਨੇ ਮੁਨਸ਼ੀ ਰੱਖਿਆ ਸੀ, ਬਿਲਕੁਲ ਝੂਠ ਬੋਲ। ਹਜ਼ਰਤ ਉਮਰ ਜੀ ਅੱਲਾਹ ਤਾਲਾ ਦੇ ਕੋਲ ਜਬ ਮੂਸਾ ਸ਼ਰੀਫ ਨੇ ਭੇਜਿਆ, ਕਿਹਾ ਇੱਕ ਨਸਰਾਨੀ ਆ, ਹਿਸਾਬ ਕਿਤਾਬ ਬੜਾ ਜਾਣਦਾ, ਇਹਨੂੰ ਮੈਂ ਮੁਨਸ਼ੀ ਰੱਖ ਲਵਾਂ। ਆਪਨੇ ਉਹਨਾਂ ਗੋਲੀ ਮਾਰੇ ਦੇ ਹਿਸਾਬ ਕਿਤਾਬ ਜਾਣੂ। ਅੱਲਾਹ ਦੇ ਦੀਨ ਨੇ ਆਖਿਆ ਕਿ ਇਹਨਾਂ ਨੂੰ ਆਪਣੇ ਰਾਜਾਂ ਸ਼ਰੀਕ ਨਾ ਕਰਿਓ, ਮੈਂ ਇਹਨੂੰ ਇਜਾਜ਼ਤ ਨਹੀਂ। ਉਹ ਗੱਲ ਬਦਲ ਕੇ ਉੱਚਾ ਹਜ਼ਰਤ ਉਮਰ ਦੇ ਜ਼ਿੰਮੇ ਲਾ ਦਿੱਤੀ, ਉਹਨਾਂ ਨੇ ਭਰਤੀ ਕਰ ਰਹੇ, ਇਹ ਨਹੀਂ ਕੀਤੇ, ਮੁਆਵੀਆ ਨਹੀਂ ਕੀਤੇ, ਇਹਨੇ ਈਸਾਈ ਵਾਸਤੇ ਹਕੂਮਤ, ਸਾਹਬਾ ਪਿੱਛੇ ਹਕੂਮਤ ਸਾਰੀ ਈਸਾਈਆਂ ਕੋਲ, ਇਤਕਾਦ ਦਾ ਮਹਿਕਮਾ ਈਸਾਈਆਂ ਕੋਲ, ਤਾਲੀਮ ਦਾ ਨਿਜ਼ਾਮ ਉਹਨਾਂ ਦੇ ਜੀ, ਨਿਜ਼ਾਮ ਤਾਲੀਮ ਬਾਰਾ ਕਿਹਨੇ ਬਦਲਿਆ, ਯੂਹੰਨਾ ਨੂੰ ਦੇ ਦਿੱਤਾ ਈਸਾਈ ਨੂੰ ਕਿ ਤੂੰ ਸਾਰਾ ਨਿਜ਼ਾਮ ਤਾਲੀਮ ਸਵਾਲ। ਉਹਨਾਂ ਨੇ ਆਪਣੀ ਮਾਲੀ ਦੇ ਕਹਿ ਤੇ ਕਲੀਸਾ ਬਣਾ ਗਿਰ ਦੇ, ਇਸਲਾਮ ਮਸਜਿਦਾਂ ਦਾ ਕਲੀਸੇ, ਕੁਫਰ ਨੂੰ ਤਰਜੀਹ। ਤੋ ਇਬਨ ਉਮਰ ਰਜ਼ੀ ਅੱਲਾਹ ਬਾਰੇ ਫਰਮਾਇਆ, ਅਨਾ ਥੋ ਸਦਕਾਤ ਅਮਵਾਲੇ ਨਾ ਇਲਾ ਉਮਾਰਨ, ਕਿ ਮੈਂ ਇਬਨ ਉਮਰ ਦੇ ਕੋਲ ਸੀ ਜਾ ਕੇ ਜ਼ਕਾਤ ਦੇਈਏ ਨਾ ਹਕਮ, ਫਕਾਰਾ ਨਾਮ ਕਹਿਣ ਲੱਗੇ, ਹਾਂ ਫਕਾਰਾ ਇੰਨਾ ਉਮਾਰਾ ਨਾ ਕੁਫਾਰ। ਮੈਂ ਕਿਹਾ ਹੁਣ ਤਾਂ ਜਿਹੜੇ ਹਾਕਮ ਆ ਕਾਫਰ ਵੀ ਰੱਖ ਲੈ, ਕਾਫਰਾਂ ਨੂੰ ਇਹਨਾਂ ਨੇ ਉਹਦੇ ਦਿੱਤੇ, ਕਾਲਾ ਵਕਾਣਾ ਜ਼ਿਆਦ ਜਿਸ ਤਾਂ ਅੰਦਰ ਕੁਫਾਰ। ਉਹ ਰਾਵੀ ਦੱਸਦਾ ਹੈ, ਮੈਂ ਤਦ ਦੱਸਿਆ ਕਿ ਜ਼ਿਆਦ ਜਿਹੜਾ ਸੀ ਮੇਰੇ ਮੁਆਵਜ਼ੇ ਦੇ ਜ਼ਮਾਨੇ 'ਚ, ਇਹ ਕਾਫਰਾਂ ਨੂੰ ਇਹਨੇ ਉਹਦੇ ਦਿੱਤੇ, ਫਕਾਰ ਅੱਲਾਹ ਤਦਫ ਸਦਾ ਕਾਜ ਮਿਲਣ ਕੁਫਾਰ। ਫਿਰ ਇਬਨ ਉਮਰ ਨੇ ਕਿਹਾ ਜਦੋਂ ਨੌਬਤ 'ਤੇ ਪਹੁੰਚ ਗਈ, ਹੁਣ ਇਹਨਾਂ ਕਾਫਰਾਂ ਦੇ ਹਵਾਲੇ ਜ਼ਕਾਤ ਨਾ ਕਰੋ। ਇਹ 30-40 ਹਦੀਸਾਂ ਇਸੇ ਸਿਲਸਿਲੇ, ਇਹ ਮੈਂ ਦੱਸ ਦਿੱਤਾ ਕਿਤਾਬ ਉਲ ਅਵਾਲ ਇਮਾਮ ਵੈਦੀ, ਇਹ ਸਾਰਾ ਪੜ੍ਹਨਾ ਜ਼ਾਲਮਾਂ ਨੂੰ ਜ਼ਕਾਤ ਦੇਣ ਦਾ ਮਤਲਬ ਤਬਾਹੀ ਹੋ। ਔਰ ਇਹਦੇ ਨਾਲ ਨਾਲ ਇਹ ਕੀਤਾ ਬਿਲਕੁਲ ਹੈਰਾਨੀਆਂ, ਉਲਮਾ ਦਾ ਕਿਸੇ ਗੱਲ 'ਚ ਵੜ ਫਰੇਬ ਹੁੰਦਾ, ਖੁੱਲ੍ਹਣ ਖੁੱਲ੍ਹਾ ਕਹਿੰਦਾ ਦੇ।